ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਸਮੈਕ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਉਹ ਇੱਕ ਵਧੀਆ ਅਧਿਆਪਕ ਸੀ ਸੇਵਾਮੁਕਤ ਹੁੰਦਿਆਂ ਹੀ ਉਸ ਸੋਚ ਲਿਆ ਉਹ ਵਿਹਲਾ ਨਹੀਂ ਬੈਠੇਗਾ ਉਹ ਪਟਕੇ ਨੌਜਵਾਨਾਂ ਨੂੰ ਸਿੱਧ ਦੇਵੇਗਾ ਜਿਹੜੇ ਨਸ਼ਿਆਂ ਦੇ ਹੜ ਵਿੱਚ ਡੋੜ ਰਹੇ ਸਨ ਉਹਨਾਂ ਨੂੰ ਪ੍ਰੇਰ ਕੇ ਸਿੱਧੇ ਰਸਤੇ ਲਿਆਵੇਗਾ ਅਜੀ ਉਹ ਰਿਟਾਇਰ ਹੋਏ ਨੂੰ ਥੋੜੇ ਦਿਨ ਹੀ ਹੋਏ ਸਨ ਉਹਦਾ ਸ਼ਹਿਰ ਕਾਲਜ ਪੜਦਾ ਮੁੰਡਾ ਲੜਖੜਾਉਂਦਾ ਹੋਇਆ ਘਰ ਆਵੜਿਆ ਪਤਾ ਲੱਗਾ ਉਹ ਤਾਂ ਹੋਸਟਲ 'ਚ ਰਹਿੰਦਾ ਹੋਇਆ ਸਮੈਕਪੀਨ ਦਾ ਪੂਰੀ ਤਰ੍ਹਾਂ ਆਦੀ ਹੋ ਚੁੱਕਾ ਸੀ। ਅਧਿਆਪਕ ਪਿਤਾ ਸੁਣ ਕੇ ਹੈਰਾਨ ਪਰੇਸ਼ਾਨ ਹੋਇਆ, ਤਰੇਲੀਓ ਤਰੇਲੀ ਹੋ ਗਿਆ ਪਰ ਆਖਿਰ ਉਸਨੇ ਹਿੰਮਤ ਜਟਾਈ ਕਿ ਪੁੱਤ ਨੂੰ ਸਿੱਧੇ ਰਸਤੇ ਤੇ ਲਿਆਵਾਂਗਾ ਤੇ ਸਮਾਜ ਦੇ ਇਸ ਕੋਹੜ ਨੂੰ ਕੱਢਣ ਲਈ ਸਭ ਤੋਂ ਪਹਿਲਾਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰਾਂਗਾ। ਮੁੰਡੇ ਤੇ ਉਹਨੇ ਫਿਰ ਪੂਰੀ ਵਾ ਲਾ ਦਿੱਤੀ ਪਰ ਜਿਉਂ-ਜਿਉਂ ਇਲਾਜ ਹੁੰਦਾ ਰਿਹਾ ਰੋਕ ਵਧਦਾ ਹੀ ਗਿਆ। ਗੱਲ ਪਣ ਨਹੀਂ ਸੀ ਰਹੀ ਤੇ ਉਹਨਾਂ ਦੋਹਾਂ ਪਿਓ ਪੁੱਤਾਂ ਚ ਖਿੱਚ ਤੂ ਤੇ ਤਕਰਾਰ ਰਹਿਣ ਲੱਗ ਪਈ ਮੁੰਡਾ ਤਾਂ ਪਿਓ ਨਾਲ ਹੱਥੋਂ ਪਾਈ ਤੇ ਉੱਤਰ ਆਇਆ ਸੀ ਹੁਣ ਤਾਂ ਹਾਲਾਤ ਇਹ ਸਨ ਕਿ ਜੇ ਨਸ਼ੇ ਲਈ ਪੈਸਾ ਨਾ ਮਿਲਦਾ ਤਾਂ ਘਰ ਦਾ ਸਮਾਨ ਤੇ ਬੂਹੇ ਭੰਨਣ ਲੱਗ ਪੈਂਦਾ ਮੁੰਡਾ ਖੁਖਾਰ ਜਾਨਵਰ ਹੀ ਬੰਦਾ ਜਾ ਰਿਹਾ ਸੀ ਪਰ ਉਹ ਤਾਂ ਪਿਤਾ ਸੀ ਕੀ ਕਰਦਾ ਸਭ ਕੁਝ ਬਰਦਾਸ਼ਟ ਕਰਦਾ ਉਸਤੇ ਮਿਹਨਤ ਕਰਦਾ ਰਿਹਾ ਉਸਦੀ ਸਾਰੀ ਉਮਰ ਦੀ ਕਿਰਤ ਇਨਾ ਸਾਲਾਂ ਚ ਪਾਣੀ ਵਾਂਗੂ ਵਹਿ ਗਈ ਸੀ ਪਰ ਹੱਥ ਪੱਲੇ ਅਜੇ ਕੁਝ ਵੀ ਨਹੀਂ ਸੀ ਪੈ ਰਹਾ ਹੁਣ ਤਾਂ ਪੁੱਤ ਨੇ ਉਹਦੇ ਹੱਥ ਹੀ ਖੜੇ ਕਰਾ ਦਿੱਤੇ ਸਨ ਉਹ ਸੋਚਦਾ ਪੁੱਤ ਹੁਣ ਉਹਦਾ ਛਿੰਦਾ ਪੁੱਤ ਨਹੀਂ ਸੀ ਰਹਾ ਨਸ਼ਿਆਂ ਦੀ ਪੰਡ ਬਣ ਗਿਆ ਸੀ ਜੋ ਚਹਿਰ ਦੇ ਢੇਰ ਤੇ ਬੈਠਾ ਹੋਇਆ ਉਸ ਦੀਆਂ ਆਸਾਂ ਤੇ ਪਾਣੀ ਫੇਰ ਰਿਹਾ ਸੀ ਉਹਨੂੰ ਅਜੇ ਆਸ ਸੀ ਕਿ ਇਹ ਜ਼ਰੂਰ ਸੁਧਰ ਜਾਵੇਗਾ ਪਰ ਇੰਝ ਨਾ ਹੋ ਸਕਿਆ ਹੁਣ ਤਾਂ ਕੁਝ ਵੀ ਨਹੀਂ ਸੀ ਹੋ ਸਕਦਾ ਪਰ ਉਹ ਤਾਂ ਇਸ ਤਰ੍ਹਾਂ ਦੀ ਜਲਾਲਤ ਭਰੀ ਜ਼ਿੰਦਗੀ ਨਹੀਂ ਸੀ ਜਿਉ ਸਕਦਾ ਉਸਨੇ ਮਨ ਵਿੱਚ ਇੱਕ ਫੈਸਲਾ ਕਰ ਲਿਆ ਉਹ ਐਵੇਂ ਹੋਰ ਤੰਗ ਨਹੀਂ ਹੋਵੇਗਾ ਤੇ ਆਪਣੀ ਜ਼ਿੰਦਗੀ ਨੂੰ ਸੁਰੱਖਰੂ ਕਰ ਲਵੇਗਾ ਅੱਜ ਹੀ ਉਸਨੇ ਬਜ਼ਾਰੋਂ ਲਿਆਂਦੀ ਸਲਫਾਤ ਦੀ ਡੱਬੀ ਚੋਂ ਇੱਕ ਗੋਲੀ ਕੱਢੀ ਤੇ ਅੱਧੀ ਰਾਤ ਨੂੰ ਸੁੱਤੇ ਪਏ ਮੁੰਡੇ ਦੇ ਮੂੰਹ ਵਿੱਚ ਤੋਨ ਦਿੱਤੀ ਤੇ ਆਪਣੇ ਕਮਰੇ ਵਿੱਚ ਠੰਡਾ ਹੋਕਾ ਲੈ ਕੇ ਬਹਿ ਗਿਆ। ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ